ਰਿਸ਼ਤਿਆਂ ਦੀ ਗੱਲ ਨਾ ਕਰੀ, ਮੈਂ ਬੜਾ ਹੰਢਾ ਕੇ ਆਈ ਹਾਂ। ਲੋਕ ਤਾਂ ਲਹੂ ਨਾਲ ਸਾਕ ਨਿਭਾਉਂਦੇ ਨੇ, ਮੈਂ ਤਾਂ ਆਪਣਾ ਹਿਜਰ ਖਵਾ ਕੇ ਆਈ ਹਾਂ। ਸਤਿ ਸ਼੍ਰੀ ਅਕਾਲ, ਮੈਂ ਹਾਂ ਸਤਿੰਦਰ ਸੱਤੀ। ਜ਼ਿੰਦਗੀ ਬਹੁਤ ਹੀ ਛੋਟੀ ਹੈ, ਬਹੁਤ ਘੱਟ ਲੋਕ ਜਿਨ੍ਹਾਂ ਦੇ ਕੋਲ ਬਹੁਤ ਨਜ਼ਦੀਕ ਦੇ ਰਿਸ਼ਤੇ ਹੁੰਦੇ ਨੇ। ਰਿਸ਼ਤੇ ਜੋ ਜ਼ਿੰਦਗੀ 'ਚ ਜਿਉਣਾ ਸਿਖਾਉਂਦੇ ਨੇ, ਜੋ ਜ਼ਿੰਦਗੀ ਦਾ ਮਕਸਦ ਹੁੰਦੇ ਨੇ, ਜੋ ਜ਼ਿੰਦਗੀ ਨੂੰ ਗਰਮ ਜੋਸ਼ੀ ਦਿੰਦੇ ਨੇ, ਜੋ ਜ਼ਿੰਦਗੀ 'ਚ ਰਵਾਨਗੀ ਪੈਦਾ ਕਰਦੇ ਨੇ। ਕਿੰਨੇ ਕੁ ਲੋਕ ਨੇ ਜਿਨ੍ਹਾਂ ਦੇ ਕੋਲ ਮਾਂ ਬਾਪ ਨੇ, ਕਿੰਨੇ ਕੁ ਲੋਕ ਨੇ ਜਿਨ੍ਹਾਂ ਕੋਲ ਇਹੋ ਜਿਹੇ ਅਜ਼ੀਜ਼ ਦੋਸਤ ਨੇ ਜੋ ਬਿਨਾਂ ਬੁਲਾਏ ਤੁਹਾਡੇ ਘਰ ਦਾ ਦਰਵਾਜ਼ਾ ਖਟਖਟਾਉਂਦੇ ਨੇ। ਜਦੋਂ ਤੁਸੀਂ ਬਿਲਕੁਲ ਠੀਕ ਨਹੀਂ ਹੁੰਦੇ, ਧੱਕੇ ਨਾਲ ਤੁਹਾਡੇ ਘਰ ਆ ਜਾਂਦੇ ਨੇ, ਤੁਹਾਨੂੰ ਘੁੱਟ ਕੇ ਕਲਾਵੇ 'ਚ ਲੈਂਦੇ ਨੇ ਔਰ ਤੁਹਾਨੂੰ ਕਹਿੰਦੇ ਨੇ ਸਭ ਠੀਕ ਹੋ ਜਾਏਗਾ। ਕਿੰਨੇ ਕੁ ਲੋਕ ਨੇ ਜੋ ਚਾਰ ਚਾਰ ਘੰਟੇ ਫੋਨ 'ਤੇ ਤੁਹਾਡੀਆਂ ਬਿਨਾਂ ਕਹੀਆਂ ਬਿਨਾਂ ਮਕਸਦ ਦੀਆਂ ਗੱਲਾਂ ਸੁਣਦੇ ਨੇ। ਕਿੰਨੇ ਕੁ ਲੋਕ ਨੇ ਜਿਨ੍ਹਾਂ ਦੇ ਕੋਲ ਇਹੋ ਜਿਹੇ ਅਹਿਸਾਸ ਨੇ ਜਿਨ੍ਹਾਂ ਦੀ ਗੋਦੀ 'ਚ ਸਿਰ ਰੱਖ ਕੇ ਉਹ ਰੋ ਸਕਦੇ ਨੇ। ਰਿਸ਼ਤੇ ਜ਼ਿੰਦਗੀ ਲਈ ਬਹੁਤ ਜ਼ਰੂਰੀ ਨੇ। ਜ਼ਿੰਦਗੀ ਸਾਡੇ ਹੱਥਾਂ 'ਚੋਂ ਰੇਤ ਵਾਂਗ ਕਿਰਦੀ ਜਾ ਰਹੀ ਹੈ ਔਰ ਅਸੀਂ ਆਪਣੀ ਈਗੋ, ਆਪਣੇ ਅਹੰਕਾਰ ਦੇ ਵਿੱਚ ਰਿਸ਼ਤਿਆਂ ਤੋਂ, ਆਪਣਿਆਂ ਤੋਂ ਬਹੁਤ ਦੂਰ ਜਾਂਦੇ ਜਾ ਰਹੇ ਹਾਂ। ਜਦੋਂ ਇਨਸਾਨ ਕਿਸੇ ਇਨਸਾਨ ਦੇ ਬਹੁਤ ਨਜ਼ਦੀਕ ਹੁੰਦਾ ਨਾ, ਤਾਂ ਅਸੀਂ ਉਸ ਨੂੰ ਫੋਰ ਗ੍ਰਾਂਟਿਡ ਲੈਣਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਉਸ ਦੀ ਵੈਲਿਊ ਭੁੱਲ ਜਾਂਦੇ ਹਾਂ ਅਤੇ ਨਤੀਜੇ ਦੇ ਵਿੱਚ ਅਸੀਂ ਜ਼ਿੰਦਗੀ 'ਚ ਇੱਕ ਥਾਂ 'ਤੇ ਇੰਨੇ ਇਕੱਲੇ ਰਹਿ ਜਾਂਦੇ ਹਾਂ ਕਿ ਸਾਡੇ ਕੋਲ ਰੋਣ ਦੇ ਲਈ ਮੋਢਾ ਵੀ ਨਹੀਂ ਹੁੰਦਾ। ਨਵੇਂ ਸਾਲ ਦੀ ਇਸ ਆਮਦ ਦੇ ਉੱਤੇ ਆਓ ਜ਼ਿੰਦਗੀ ਨੂੰ ਸੈਲੀਬ੍ਰੇਟ ਕਰੀਏ। ਇੱਕ ਸਾਲ ਜ਼ਿੰਦਗੀ ਦਾ ਹੋਰ ਘੱਟ ਰਿਹਾ, ਬਹੁਤ ਘੱਟ ਸਾਹ ਅਤੇ ਬਹੁਤ ਘੱਟ ਸਾਲ ਰਹਿ ਗਏ ਨੇ ਜਿਉਣ ਦੇ ਲਈ। ਲੈਟਸ ਸੈਲੀਬ੍ਰੇਟ ਲਾਈਫ, ਜ਼ਿੰਦਗੀ ਦਾ ਜਸ਼ਨ ਮਨਾਈਏ ਆਪਣਿਆਂ ਦੇ ਨਾਲ, ਕਿਉਂਕਿ ਜਸ਼ਨ ਅਤੇ ਤਿਉਹਾਰ ਸਿਰਫ ਆਪਣਿਆਂ ਦੇ ਨਾਲ ਚੰਗੇ ਲੱਗਦੇ ਨੇ। ਸਿਰਫ ਤੋਹਫ਼ਿਆਂ ਦੇ ਐਕਸਚੇਂਜ ਦੇ ਲਈ ਦੋਸਤੀਆਂ ਨਾ ਪਾਲੀਏ, ਬਲਕਿ ਦਿਲ ਤੋਂ ਜੋ ਲੋਕ ਤੁਹਾਨੂੰ ਮੁਹੱਬਤ ਕਰਦੇ ਨੇ ਉਹਨਾਂ ਨੂੰ ਦੁਬਾਰਾ ਤੋਂ ਘੁੱਟ ਕੇ ਕਲਾਵੇ 'ਚ ਲਵੋ। ਔਰ ਜੋ ਜਾਣਾ ਚਾਹੁੰਦੇ ਨੇ ਜ਼ਿੰਦਗੀ 'ਚ ਨਵੇਂ ਸਾਲ ਦੀ ਇਸ ਆਮਦ 'ਤੇ, ਉਹਨਾਂ ਨੂੰ ਦਰਵਾਜ਼ੇ 'ਤੇ ਖੁਦ ਛੱਡ ਕੇ ਆਓ, ਆਲ ਦਾ ਬੈਸਟ ਕਹਿ ਕੇ ਆਓ ਉਹਨਾਂ ਦੀ ਜ਼ਿੰਦਗੀ ਦੇ ਲਈ। ਅਤੇ ਜਿਹੜੇ ਕੁਛ ਰੁੱਸੇ ਹੋਏ ਨੇ, ਕੁਛ ਗਲਤ ਫਹਿਮੀਆਂ ਦਾ ਸ਼ਿਕਾਰ ਨੇ, ਕੁਝ ਜਿਨ੍ਹਾਂ ਨੇ ਚਾਹੇ ਅਣਚਾਹੇ ਕੁਝ ਗਲਤੀਆਂ ਕਰ ਦਿੱਤੀਆਂ ਪਰ ਤੁਹਾਨੂੰ ਦਿਲੋਂ ਮੁਹੱਬਤ ਕਰਦੇ ਨੇ, ਅਜੇ ਵੀ ਤੁਹਾਡੇ ਘਰ ਦਾ ਦਰਵਾਜ਼ਾ ਵੇਖ ਕੇ ਲੰਘਦੇ ਨੇ, ਉਹਨਾਂ ਨੂੰ ਆਪ ਜਾ ਕੇ ਨਵੇਂ ਸਾਲ ਦੀ ਇਸ ਆਮਦ ਦੇ ਉੱਤੇ ਮਿਲੋ। ਉਹਨਾਂ ਨੂੰ ਦੱਸੋ ਕਿ ਜ਼ਿੰਦਗੀ ਤੁਹਾਡੇ ਨਾਲ ਕਿੰਨੀ ਗੁਲਜ਼ਾਰ ਹੈ। ਸੱਚ ਮੰਨਣਾ, ਇਹ ਸਾਲ ਹੋਰ ਖੂਬਸੂਰਤ ਹੋ ਜਾਏਗਾ। ਆਪਣਿਆਂ ਦੀ ਪਹਿਚਾਣ ਕਰੋ, ਆਪਣਿਆਂ ਨੂੰ ਆਪਣੇ ਤੋਂ ਦੂਰ ਨਾ ਜਾਣ ਦਿਓ, ਉਹਨਾਂ ਦੇ ਹੱਥ ਘੁੱਟ ਕੇ ਫੜ ਲਓ। ਦੋ ਚਾਰ ਆਪਣਿਆਂ ਦੇ ਨਾਲ ਜ਼ਿੰਦਗੀ ਬਹੁਤ ਸੌਖੀ ਅਤੇ ਖੂਬਸੂਰਤ ਲੰਘ ਜਾਂਦੀ ਹੈ।